ਟ੍ਰੇਨ ਟਰੂਆਂ ਦਾ ਦੇਖ ਲਿਆ, ਉਹ ਕੀ ਚੀਜ਼ ਪਈ ਆ? ਗੋਲਡਨ ਆਂਡਾ ਉਂਡਾ ਪਿਆ ਇਹ ਡਾਇਨਾਸੌਰ ਦਾ? ਇਹ ਸੋਨੇ ਦਾ ਆਂਡਾ ਹੀ ਹੈ ਇੱਕ ਤਰ੍ਹਾਂ ਦੇ, ਸੋਨੇ ਦਾ ਆਂਡਾ? ਹਾਏ ਹਾਏ, ਲਾਟਰੀ ਲੱਗ ਗਈ, ਮੇਰੀ ਲਾਟਰੀ ਲੱਗ ਗਈ ਸੱਚੀ ਬਾਈ, ਸੋਨੇ ਦਾ ਆਂਡਾ ਲਿਆ ਮੈਂ ਵੇਚ ਕੇ ਬਾਈ, ਹੁਣ ਕਰੋੜਪਤੀ ਬਣ ਜੂੰਗਾ। ਹਾਏ ਹਾਏ ਕਿਆ ਬਾਤ ਹੈ ਬਾਈ ਜੀ, ਕਿਆ ਬਾਤ ਹੈ, ਹੁਣ ਆਪਾਂ ਬਣਨ ਜਾ ਰਹੇ ਆ ਅਮੀਰ ਸੋਨੇ ਦਾ ਆਂਡਾ ਦੇਖ ਕੇ। ਬਾਈ ਸੱਚੀ ਸੋਨੇ ਦਾ ਆਂਡਾ ਹੈ? ਜਮੇ ਜਮਾ ਪੇਪਰ ਲੈ ਜਾਣਾ ਫਿਰ, ਲੈ ਜਾ ਲੈ ਜਾ, ਸਾਡੇ ਵਾਸਤੇ ਹੀ ਇਹ, ਸਾਡੇ ਵਾਸਤੇ ਹੈ। ਕੀ ਚੀਜ਼ ਨਿਕਲੂ? ਕੋਈ ਬੱਚਾ ਬੁੱਚਾ ਤਾਂ ਨਿਕਲਦਾ ਕਿਸੇ ਚੀਜ਼ ਦਾ? ਇਹ ਚ ਪੁਰਾਣੇ ਟਾਈਮ ਦੇ ਚਮਚੇ ਸੋਨੇ ਰੰਗੀ। ਅੱਛਾ ਜੀ, ਖੋਲ ਕੇ ਦਿਖਾਓ ਬਾਈ। ਆਹ ਦੇਖੋ ਜੀ, ਲੈ ਬਾਈ ਜੀ, ਬਾਈ ਜਿਨ੍ਹਾਂ ਨੇ ਮੰਨ ਕੇ ਕਹਿੰਦੇ ਹੁੰਦੇ ਵੀ ਸੋਨੇ ਦੇ ਚਮਚੇ ਨਾਲ ਜੰਮਿਆ, ਉਹ ਚੀਜ਼ ਹੋ ਗਈ ਬਾਈ ਜੀ ਅੱਜ ਕੱਲ। ਆਹ ਦੇਖ ਲਓ, ਬਿਲਕੁਲ ਕਲਰ ਹੈ ਬਈ, ਕਲਰ ਤਾਂ ਨਹੀਂ ਲੈਂਦਾ ਬਾਈ, ਕਲਰ ਜਮਾ ਨਹੀਂ ਲੈਂਦਾ ਇਹਨਾਂ ਦੀ, ਜਮਾ ਨਹੀਂ ਲੈਂਦਾ। ਤੇ ਬਾਈ ਇਹਦਾ ਰੇਟ ਦੱਸ ਦੋ ਕੀ ਹੈ, ਜਿਵੇਂ ਅੱਜ ਫਿਰ ਡਾਇਨਾਸੌਰ ਦਾ ਆਂਡੇ ਦਾ ਰੇਟ ਪੁੱਛ ਲਈ ਆਪਾਂ ਬਾਈ ਜੀ, ਕੀ ਚੀਜ਼ ਇਹਦਾ ਰੇਟ? ਹੀ 2000 ਪਲੱਸ ਹੈ ਮਾਰਕੀਟ ਰੇਟ। ਠੀਕ ਹੈ ਜੀ, ਆਪਣਾ ਹੀ ਰੇਟ ਇਸਦਾ 1600 ਰੁਪਏ ਰਹੂਗਾ ਜੀ। 1600 ਰੁਪਏ? ਹਾਂਜੀ, ਜਿਨ੍ਹਾਂ ਨੇ ਇਕੱਠੇ ਪੀਸ ਲੈਣੇ ਉਹਨਾਂ ਨੂੰ ਰੇਟ ਹੋਰ ਵੀ ਘੱਟ ਲੈ ਜੀ। ਲੈ ਬਾਈ ਜੀ, ਬੱਚਿਆਂ ਵਾਸਤੇ ਪੇਂਟਿੰਗ ਕਰਨ ਵਾਸਤੇ ਕਲਰ ਆ ਚੁੱਕੇ ਆ ਬਾਈ, ਸਾਰੇ ਕਲਰ ਹੈ। ਤੇ ਬਾਈ ਤਾਂ ਮਹਿੰਗੀ ਜ਼ਿਆਦਾ, ਬਹੁਤ ਜ਼ਿਆਦਾ ਹੋਣੀ ਹੈ? ਨਹੀਂ ਮਹਿੰਗੀ, ਆਪਣੀ ਦੁਕਾਨ ਤੇ ਮਹਿੰਗੀ ਨਾਲ ਦੀ ਕੋਈ ਚੀਜ਼ ਹੀ ਨਹੀਂ, ਸਭ ਆਪਣੇ ਨਾਰਮਲ ਬਾਜੇ ਰੇਟਾਂ ਤੇ ਪਿਆ। ਨਾਰਮਲ ਕਿੰਨੇ ਦਾ ਫਿਰ ਰੇਟ ਦੱਸੋ? ਇਸ ਦਾ ਰੇਟ ਹੀ ਆਨਲਾਈਨ ਤੇ 1200 ਪਲੱਸ ਹੈ ਜੀ, ਆਪਣਾ ਰੇਟ 750 ਰੁਪਏ ਰਹਿ ਗਈ। ਠੀਕ ਹੈ ਬਾਈ ਜੀ, ਤੁਸੀਂ ਇਹ ਦੇਖ ਸਕਦੇ ਹੋ ਬਾਈ ਚੀਜ਼ਾਂ ਕੀ ਕੀ ਮੇਰੇ ਭਰਾ ਵੀਰ ਨੂੰ ਲੋੜ ਆ, ਤੇ ਜਲਦੀ ਸੰਪਰਕ ਕਰ ਲਓ ਬਾਈ ਜੀ, ਆ ਜਾਓ। ਘੈਂਟ ਘੈਂਟ ਚੀਜ਼ਾਂ ਨੇ, ਸੋਨੇ ਦਾ ਆਂਡਾ ਵੀ ਹੈ, ਤੇ ਸਾਡੇ ਕੋਲੇ ਬੱਚਿਆਂ ਵਾਸਤੇ ਟੈਚੀ ਬੈਗ ਵੀ, ਜਿਹੜਾ ਸੋਹਣਾ ਲੱਗਦਾ ਬੱਚਿਆਂ ਕੋਲੇ ਲੱਗਦਾ ਕਿ